ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰੀ ਸਾਧ ਸੰਗਤ ਜੀਓ, ਅੱਜ ਆਪਾਂ ਇਸ ਗੱਲ 'ਤੇ ਵਿਚਾਰ ਕਰ ਰਹੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੂੰ ਸਿੱਖ ਧਰਮ ਕਿਉਂ ਸ਼ੁਰੂ ਕਰਨਾ ਪਿਆ, ਕਿਉਂ ਉਸਦੀ ਹੋਂਦ ਕਰਨੀ, ਹੋਂਦ ਦੇ ਵਿੱਚ ਲਿਆਉਣਾ ਪਿਆ। ਸਿੱਖ ਧਰਮ ਨੂੰ ਇੱਕ ਅਨਵੇਕਲਾ ਧਰਮ ਕਿਉਂ ਕਿਹਾ ਜਾਂਦਾ ਹੈ? ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਇਸ ਸੰਸਾਰ ਦੇ ਉੱਤੇ ਬਹੁਤ ਜ਼ਿਆਦਾ ਅੱਤਿਆਚਾਰ, ਮੁਜ਼ਲਮਾਂ 'ਤੇ, ਗਰੀਬਾਂ 'ਤੇ ਲੁੱਟ ਖਸੁੱਟ ਹੋ ਰਹੀ ਸੀ। ਉਸ ਸਮੇਂ ਅਹਿਮਦ ਸ਼ਾਹ ਅਬਦਾਲੀ ਦਾ ਸਮਾਂ ਸੀ। ਸੋ ਗੁਰੂ ਨਾਨਕ ਦੇਵ ਜੀ ਨੇ ਆਉਣ ਦੇ ਸਮੇਂ ਦੇ ਵਿੱਚ ਕਿਉਂ ਸਿੱਖ ਧਰਮ ਨੂੰ ਹੋਂਦ ਦੇ ਵਿੱਚ ਲਿਆਉਣਾ ਕੀਤਾ? ਕਿਉਂਕਿ ਜਿਹੜੇ ਉਸ ਸਮੇਂ ਦੇ ਧਰਮ ਸਨ, ਹਿੰਦੂ ਧਰਮ ਅਤੇ ਮੁਸਲਮਾਨ ਧਰਮ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਮੀਆਂ ਆ ਗਈਆਂ ਸਨ। ਧਰਮ ਸਾਰੇ ਠੀਕ ਹਨ, ਪਰ ਜਿਹੜੇ ਇਹਨਾਂ ਨੂੰ ਚਲਾਉਣ ਵਾਲੇ ਸਨ, ਜਿਸ ਤਰ੍ਹਾਂ ਬ੍ਰਾਹਮਣਵਾਦ ਹੋ ਗਿਆ, ਨੀਚ ਊਚ ਨੀਚ ਦਾ ਬਹੁਤ ਜ਼ਿਆਦਾ ਫਰਕ ਸੀ, ਨੀਚਾਂ ਨੂੰ ਗਲੇ ਨਾਲ ਨਹੀਂ ਲਾਇਆ ਜਾਂਦਾ ਸੀ, ਉਹਨਾਂ ਦੇ ਨਾਲ ਬਹੁਤ ਜ਼ਿਆਦਾ ਘ੍ਰਿਣਾ ਕੀਤੀ ਜਾਂਦੀ ਸੀ। ਸੋ ਗੁਰੂ ਨਾਨਕ ਦੇਵ ਜੀ ਨੇ ਵੇਖਿਆ ਕਿ ਇਹੋ ਜਿਹੇ ਧਰਮ ਜਿਹੜੇ ਕਿ ਨੀਚਾਂ ਨੂੰ ਬਹੁਤ ਪਿੱਛੇ ਕਰ ਰਹੇ ਨੇ। ਸੋ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਹੋਂਦ ਦੇ ਵਿੱਚ ਲਿਆਉਣਾ ਕੀਤਾ ਤਾਂ ਜੋ ਜਿਹੜੇ ਨੀਵੇਂ ਹਨ, ਨੀਚ ਜਾਤ ਦੇ ਨੇ, ਉਹਨਾਂ ਨੂੰ ਉੱਚਾ ਚੁੱਕਿਆ ਜਾ ਸਕੇ। ਸੋ ਇਸ ਲਈ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਸਿੱਖ ਧਰਮ ਦੀ ਸਥਾਪਨਾ ਕੀਤੀ ਅਤੇ ਸਿੱਖ ਧਰਮ ਦਾ ਸੰਦੇਸ਼ ਦਿੱਤਾ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਸਾਰੇ ਹੀ ਇਕਸਾਰ ਨੇ। ਅਵਲ ਅੱਲੈ ਨੂਰ ਉਪਾਇਆ ਕੁਦਰਤ ਕੇ ਸਰਬੰਦੇ। ਇਹ ਸੰਸਾਰ ਦੇ ਵਿੱਚ ਜੋ ਵੀ ਪੈਦਾ ਹੋਇਆ ਹੈ ਉਹ ਪਰਮੇਸ਼ਰ ਦਾ ਰੂਪ ਹੈ ਅਤੇ ਉਸ ਦਾ ਰੂਪ ਹੀ ਹਰੇਕ ਨੂੰ ਜਾਣਨਾ ਬਣਦਾ ਹੈ। ਸਭ ਦੇ ਨਾਲ ਪਿਆਰ ਕਰੋ, ਆਪਣਾ ਕਿਰਤ ਕਰੋ, ਉਸ ਦੇ ਵਿੱਚੋਂ ਸਾਰਿਆਂ ਨੂੰ ਵੰਡਾ ਕੇ ਛਕੋ। ਇਹੀ ਮਹਾਰਾਜ ਜੀ ਦਾ ਸੰਦੇਸ਼ ਸੀ। ਇਸ ਸੰਦੇਸ਼ ਨੂੰ ਅਪਣਾ ਕੇ ਹੀ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਇਸੇ ਸੰਦੇਸ਼ ਨੂੰ ਦੁਨੀਆਂ ਤੱਕ ਪਹੁੰਚਾਉਣ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।